ਜਲੰਧਰ ਲੋਕ ਸਭਾ ਤੋਂ ਚੋਣ ਦੇ ਵਿੱਚ ਜੋ ਲੋਕਾਂ ਨੇ ਇੱਕ ਬਹੁਤ ਵੱਡਾ ਇਤਿਹਾਸਿਕ ਫਤਵਾ ਦਿੱਤਾ, ਇਤਿਹਾਸਿਕ ਜਿੱਤ ਹੋਈ ਹੈ। ਅੱਜ ਤੱਕ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ 1,31,000 ਵੋਟ ਨਾਲ ਜਲੰਧਰ ਤੋਂ ਜਿੱਤੇ ਸੀ, ਉਹੀ ਸਭ ਤੋਂ ਬੜਾ ਮਾਰਜਨ ਸੀ। ਲੇਕਿਨ ਅੱਜ ਲੋਕਾਂ ਨੇ 1,76,000 ਵੋਟਾਂ ਦੇ ਨਾਲ ਜਿਤਾ ਕੇ ਜਲੰਧਰ ਦੇ ਲੋਕਾਂ ਨੇ ਇੱਕ ਇਤਿਹਾਸ ਸਿਰਜਿਆ। ਮੈਂ ਉਸ ਲਈ ਸਾਰੇ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦਾ। ਮੈਨੂੰ ਜੋ ਵੀ ਕੁਛ ਮਿਲਿਆ ਹੈ ਉਹ ਚਮਕੌਰ ਸਾਹਿਬ ਸ਼ਹੀਦਾਂ ਸਿੰਘਾਂ ਦੀ ਧਰਤੀ ਨੇ ਦਿੱਤਾ ਹੈ। ਚਮਕੌਰ ਸਾਹਿਬ ਦੇ ਵਿੱਚ ਕਤਲਗੜ੍ਹ ਸਾਹਿਬ ਗੁਰਦੁਆਰਾ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਸਿੰਘਾਂ ਸ਼ਹੀਦਾਂ ਦਾ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਇੱਥੋਂ ਮਿਲਿਆ ਹੈ। ਮੈਂ ਅੱਜ ਇੱਥੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਲਈ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਸਿੰਘਾਂ ਸ਼ਹੀਦਾਂ ਦਾ ਧੰਨਵਾਦ ਕਰਨਾ ਆ ਕਿ ਉਹਨਾਂ ਨੇ ਮੇਰੇ 'ਤੇ ਫਿਰ ਤੋਂ ਕਿਰਪਾ ਕੀਤੀ ਹੈ ਅਤੇ ਇੱਕ ਵੱਡੀ ਜਿੱਤ ਇਹ ਚਮਕੌਰ ਸਾਹਿਬ ਦੇ ਲੋਕਾਂ ਦੀ ਔਰ ਚਮਕੌਰ ਸਾਹਿਬ ਦੇ ਸਿੰਘਾਂ ਸ਼ਹੀਦਾਂ ਦੀ ਜਿੱਤ ਹੈ। ਮੈਂ ਇਹਨਾਂ ਨੂੰ ਹੀ ਸਮਰਪਿਤ ਕਰਦਾ ਅਤੇ ਅੱਜ ਇੱਥੇ ਮੱਥਾ ਟੇਕ ਕੇ ਆਸ਼ੀਰਵਾਦ ਦੁਬਾਰੇ ਤੋਂ ਲੈਣ ਆਇਆ। ਮੈਂ ਧੰਨਵਾਦੀ ਹਾਂ ਚਮਕੌਰ ਸਾਹਿਬ ਦੇ ਵੋਟਰਾਂ ਦਾ ਜਿਨ੍ਹਾਂ ਨੇ ਹਲਕਾ ਚਮਕੌਰ ਸਾਹਿਬ ਤੋਂ ਕਾਂਗਰਸ ਪਾਰਟੀ ਨੂੰ ਲਗਭਗ 17,000 ਦੀ ਜਿੱਤ ਦਵਾਈ ਹੈ। ਉਹਦੇ ਲਈ ਵੀ ਮੈਂ ਇੱਥੇ ਦੇ ਸਾਰੇ ਆਪਣੇ ਕਾਂਗਰਸੀ ਲੀਡਰ, ਵਰਕਰ ਅਤੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਚੰਨੀ ਸਾਹਿਬ, ਪੰਕਜ ਕੁਮਾਰ ਹੋਰਾਂ ਨੇ 13-0 ਦਾ ਨਾਰਾ ਦਿੱਤਾ ਸੀਗਾ, ਪਰ ਅਗਲਾ ਏਕਾ ਉੱਡ ਗਿਆ, ਕੀ ਕਹਿਣਾ ਚਾਹੁੰਦੇ? ਜਿਸ ਤਰੀਕੇ ਦੇ ਨਾਲ ਲੋਕਾਂ ਦਾ ਫਤਵਾ ਆਇਆ, ਉਹਨਾਂ ਨੇ ਭਗਵੰਤ ਮਾਨ ਜੀ ਦੀ ਕੰਮ ਕਰਨ ਦੀ ਸ਼ੈਲੀ, ਉਹਨਾਂ ਦਾ ਕੰਮ ਕਰਨ ਦਾ ਤਰੀਕਾ, ਉਹਨਾਂ ਦੀਆਂ ਪੋਲਿਸੀਆਂ, ਉਹਨਾਂ ਦੀ ਬੋਲਚਾਲ, ਉਹਨਾਂ ਦੀ ਡਰਾਮੇਬਾਜ਼ੀ ਨੂੰ ਨਕਾਰ ਦਿੱਤਾ। ਇਸ ਲਈ ਮੈਂ ਮੰਗ ਕਰਦਾ ਕਿ ਭਗਵੰਤ ਮਾਨ ਜੀ ਤੁਰੰਤ ਅਸਤੀਫਾ ਦੇਣ ਅਤੇ ਇਸ ਤੋਂ ਪਹਿਲਾਂ ਕਿ ਉਹਨਾਂ ਦੇ MLA ਇਕੱਠੇ ਹੋ ਕੇ ਉਹਨਾਂ ਨੂੰ ਉਤਾਰ ਦੇਣ। ਬਿਹਤਰ ਇਹ ਹੈ ਕਿ ਉਹ ਇਖਲਾਕੀ ਤੌਰ 'ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਟੇਜ ਚਲਾਉਣ ਦੇ ਵਿੱਚ ਅਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਬੜਾ ਫਰਕ ਹੁੰਦਾ। ਉਹ ਅੱਜ ਤੱਕ ਸਟੇਜ ਚਲਾਉਂਦੇ ਰਹੇ ਹੈ ਅਤੇ ਸਰਕਾਰ ਦੇ ਵਿੱਚ ਵੀ ਆ ਕੇ ਉਹਨਾਂ ਨੇ ਆਪਣੀ ਡਰਾਮੇਬਾਜ਼ੀ ਨਹੀਂ ਛੱਡੀ ਅਤੇ ਉਹ ਸਟੇਟ ਨਹੀਂ ਚਲਾ ਸਕੇ, ਉਹਦੇ 'ਚ ਫੇਲ ਹੋ ਚੁੱਕੇ ਹੈ। ਇਸ ਲਈ ਮੈਂ ਉਹਨਾਂ ਦੇ ਅਸਤੀਫੇ ਦੀ ਮੰਗ ਕਰਦਾ। ਪਿਛਲੇ ਦਿਨਾਂ 'ਚ ਮੀਡੀਆ ਜਿਹਨੂੰ ਕਿ ਗੋਦੀ ਮੀਡੀਆ ਕਹਿੰਦੇ, ਜਿਹੜੇ ਕਿ ਉਹਨਾਂ ਦੇ ਨਾਲ ਰਲੇ ਹੋਏ ਹੈ, ਉਹਨਾਂ ਨੇ ਐਸੀ ਹਾਈਪ ਬਣਾਈ ਸੀ ਤਾਂ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਬਹੁਤ ਵੱਡਾ ਜਿੱਤ ਪ੍ਰਾਪਤ BJP ਔਰ ਉਹਦੇ ਸਹਿਯੋਗੀਆਂ ਪਾਰਟੀਆਂ ਕਰਨਗੀਆਂ। ਲੇਕਿਨ ਅਸਲੀਅਤ ਦੇ ਵਿੱਚ ਲੋਕਾਂ ਨੇ ਉਹਨਾਂ ਦੀ ਜਿਹੜੀ ਨਫ਼ਰਤ ਦੀ ਨੀਤੀ ਹੈ ਉਹ ਉਸਨੂੰ ਨਕਾਰ ਦਿੱਤਾ ਹੈ ਅਤੇ ਲੋਕ ਪਿਆਰ ਦੀ ਨੀਤੀ ਦੇ ਨਾਲ ਚੱਲਣਾ ਚਾਹੁੰਦੇ ਹੈ ਅਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਸਰਕਾਰ ਦੀ ਰੂਪਰੇਖਾ ਬਣਦੀ ਹੈ। ਮੈਂ ਮੱਥਾ ਟੇਕ ਕੇ ਅਰਦਾਸ ਕਰਕੇ ਆਇਆ ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਅਰਦਾਸ ਕੀਤੀ ਹੈ ਕਿ ਉਹ ਮੇਰੇ ਜਿਸ ਤਰੀਕੇ ਦੇ ਨਾਲ ਪਹਿਲਾਂ ਚਮਕੌਰ ਸਾਹਿਬ ਦਾ ਬਹੁਤ ਅੱਛਾ ਵਿਕਾਸ ਹੋਇਆ, ਸੁੰਦਰਤਾ ਬਣੀ ਹੈ, ਇਸ ਨੂੰ ਹੋਰ ਅੱਗੇ ਵਧਾਉਣ ਲਈ ਮੇਰੇ 'ਤੇ ਕਿਰਪਾ ਕਰਨ ਅਤੇ ਮੇਰੇ 'ਤੇ ਸੇਵਾ ਲੈਣ।